جناب جبریل علیہ السلام پاک بی بی فضا نو آخدے نے پاک فضا میری تواڈے نالوں شان بڑی اچھی ہے پاک فضا فرماؤندے نے جبریل کس طرح میں چٹ بھی نہیں لاندا تے عرش تے چٹ بھی نہیں لاندا تے فرش تے پاک فضا آخدے نے جبریل اے بھی کوئی شان ہے ہر ٹائم بجدے ہی رہنا آ میں تینوں دساں سائیاں نے میرا مقام کی بنایا ہے ਕੀਤੀ ਸਾਈਆਂ ਮੈਂ ਤੇਜ ਚਾਨੀਗਾ ਕੀਤੀ ਸਾਈਆਂ ਮੈਂ ਤੇਜ ਚਾਨੀਗਾ ਵੇਖੋ ਮੈਂ ਫਿਜ਼ਾ ਬਣ ਗਈ ਕੀਤੀ ਸਾਈਆਂ ਮੈਂ ਤੇਜ ਚਾਨੀਗਾ ਵੇਖੋ ਮੈਂ ਫਿਜ਼ਾ ਬਣ ਗਈ ਮੇਰੀ ਪਾਕ ਸੈਯਦਾਂ ਦੇ ਘਰ ਵਿੱਚ ਮੇਰੀ ਪਾਕ ਸੈਯਦਾਂ ਦੇ ਘਰ ਵਿੱਚ ਨੌਕਰੀ ਦੀ ਜਾ ਬਣ ਗਈ ਕੀਤੀ ਸਾਈਆਂ ਮੈਂ ਤੇਜ ਚਾਨੀਗਾ ਵੇਖੋ ਮੈਂ ਫਿਜ਼ਾ ਬਣ ਗਈ ਜਬਰੀਲ ਕਰਮ ਸੈਯਦਾਂ ਨੇ ਕੀਤਾ ਮੈਨੂੰ ਜਾ ਕਬੂਲ ਕੀਤਾ ਕਰਮ ਸੈਯਦਾਂ ਨੇ ਕੀਤਾ ਮੈਨੂੰ ਜਾ ਕਬੂਲ ਕੀਤਾ ਨਾ ਮੈਨੂੰ ਸੀ ਮਾਲੂਮੇ ਮੇਰਾ ਜਾ ਕਿਸੀ ਜ ਮਕਸੂਮੇ ਨਾ ਮੈਨੂੰ ਸੀ ਮਾਲੂਮੇ ਮੇਰਾ ਜਾ ਕਿਸੀ ਜ ਮਕਸੂਮੇ ਮੇਰੀ ਕਿਸਮਤ ਇੰਜ ਬਦਲੀ ਏ ਮੇਰੀ ਕਿਸਮਤ ਇੰਜ ਬਦਲੀ ਏ ਮੈਂ ਸੈਯਦਾਂ ਦੀ ਮਾਂ ਬਣ ਗਈ ਕੀਤੀ ਸਾਈਆਂ ਮੈਂ ਤੇ ਇੰਜ ਚਾਨੀਗਾ ਵੇਖੋ ਮੈਂ ਫਿਜ਼ਾ ਬਣ ਗਈ ਸਾਰੀ ਬਹਿਸ ਸਲੇਮਾਨ ਮੁਹੰਮਦੀ ਨੇ ਸੁਣੀ ਹੈ ਸਲੇਮਾਨ ਮੁਹੰਮਦੀ ਪੁੱਛਦੇ ਨੇ ਪਾਕ ਫਿਜ਼ਾ ਇੱਥੇ ਦੀ ਜ਼ਿੰਦਗੀ 'ਚ ਅਤੇ ਹਬਸ਼ ਮੁਲਕ ਦੀ ਜ਼ਿੰਦਗੀ 'ਚ ਤੁਹਾਨੂੰ ਫਰਕ ਕੀ ਮਹਿਸੂਸ ਹੋਇਆ ਹੈ ਅਤੇ ਪਾਕ ਫਿਜ਼ਾ ਫਰਮਾਉਂਦੇ ਨੇ ਸਲੇਮਾਨ ਭਾਈ ਸੁਣ ਇੰਨਾ ਮਾਂ ਦੇ ਘਰ ਵਿੱਚ ਰਹਿ ਕੇ ਕੋਲ ਸੈਯਦਾਂ ਦੇ ਬਹਿ ਕੇ ਇੰਨਾ ਮਾਂ ਦੇ ਘਰ ਵਿੱਚ ਰਹਿ ਕੇ ਕੋਲ ਸੈਯਦਾਂ ਦੇ ਬਹਿ ਕੇ ਜਿੱਥੇ ਹਸਨ ਹੁਸੈਨ ਨੂੰ ਚਾਇਆ ਜਿਹੜੀ ਜਾਤੇ ਉਹ ਨਾਂ ਨੂੰ ਖੜਾਇਆ ਜਿੱਥੇ ਹਸਨ ਹੁਸੈਨ ਨੂੰ ਚਾਇਆ ਜਿਹੜੀ ਜਾਤੇ ਉਹ ਨਾਂ ਨੂੰ ਖੜਾਇਆ ਉਹ ਥਾਂ ਨਬੀਆਂ ਤੇ ਮਲਾਇਕਾਂ ਦੀ ਉਹ ਥਾਂ ਨਬੀਆਂ ਤੇ ਮਲਾਇਕਾਂ ਦੀ ਸਜਦਾ ਗਾ ਬਣ ਗਈ ਕੀਤੀ ਸਾਈਆਂ ਮੈਂ ਤੇਂਜ ਚਾਨੀਗਾ ਵੇਖੋ ਮੈਂ ਫਿਜ਼ਾ ਬਣ ਗਈ ਸਾਰੀ ਦਿੱਤੀ ਵਾਲਾ ਨਾਲ ਬਹਾਰੀ ਇਸ ਦਰ ਤੇ ਜ਼ਿੰਦਗੀ ਸਾਰੀ ਦਿੱਤੀ ਵਾਲਾ ਨਾਲ ਬਹਾਰੀ ਇਹੋ ਕੰਮ ਮੇਰੀ ਅਸਲ ਨਮਾਜ਼ੇ ਕਰਾਂ ਫਖਰ ਤੇ ਕਿਉਂ ਨਾ ਨਾਜ਼ੇ ਇਹੋ ਕੰਮ ਮੇਰੀ ਅਸਲ ਨਮਾਜ਼ੇ ਕਰਾਂ ਫਖਰ ਤੇ ਕਿਉਂ ਨਾ ਨਾਜ਼ੇ ਮੇਰੇ ਹੱਥ ਦੀ ਪੱਕੀ ਹੋਈ ਰੋਟੀ ਮੇਰੇ ਹੱਥ ਦੀ ਪੱਕੀ ਹੋਈ ਰੋਟੀ ਕਲਾਮੇ ਖੁਦਾ ਬਣ ਗਈ ਕੀਤੀ ਸਾਈਆਂ ਮੈਂ ਤੇ ਇੰਜ ਚਾਨੀਗਾ ਵੇਖੋ ਮੈਂ ਫਿਜ਼ਾ ਬਣ ਗਈ